ਅਸੀਂ ਤੁਹਾਨੂੰ ਇੱਕ ਵੱਡੀ ਖਬਰ ਦੇ ਰਹੇ ਹਾਂ, ਬਹੁਤ ਮੰਦਭਾਗੀ ਖਬਰ ਆ ਖਨੌਰੀ ਤੋਂ। ਖਨੌਰੀ ਗੋਲੀ ਚੱਲੀ ਆ ਸੱਜੇ ਪਾਸੇ ਕਣਕ ਵਾਲੇ ਪਾਸੇ, ਜਦੋਂ ਅਸੀਂ ਬਾਰਡਰ ਕਣੀ ਨੂੰ ਜਾਂਦੇ ਆ ਤਾਂ ਇਧਰਲੇ ਪਾਸੇ ਰਬੜ ਬੁਲਟਸ ਛੱਡੀਆਂ ਜਾਂਦੀਆਂ, ਨਾਲ ਦੀ ਨਾਲ ਜਿਹੜੇ ਹਵਾਈ ਫਾਇਰ ਆ ਉਹ ਕੀਤੇ ਜਾਂਦੇ ਆ ਖਨੌਰੀ ਬਾਰਡਰ ਦੇ ਉੱਤੇ। ਤੇ ਲਗਾਤਾਰ ਡੇਢ ਪੌਣੇ ਦੋ ਘੰਟੇ ਇਹ ਸਾਰੀ ਤਸਵੀਰ ਚੱਲਦੀ ਆ। ਤੇ ਇਸ ਤਸਵੀਰ ਦੇ ਵਿੱਚ ਪਹਿਲਾਂ ਨੌਜਵਾਨਾਂ ਨੂੰ ਸੜਕ ਵਾਲੇ ਪਾਸਿਓਂ ਦੋ ਨੌਜਵਾਨਾਂ ਨੂੰ ਪੁਲਿਸ ਅੰਦਰ ਘੜੀਸ ਕੇ ਲੈ ਜਾਂਦੀ ਆ, ਇੱਕ ਟਰੈਕਟਰ ਦੀ ਭੰਨ ਤੋੜ ਹੁੰਦੀ ਆ, ਫਿਰ 6 ਨੌਜਵਾਨਾਂ ਨੂੰ ਕਣਕ ਵਾਲੇ ਪਾਸਿਓਂ ਪੁਲਿਸ ਜਿਹੜੀ ਘੜੀਸਦੀ ਹੋਈ ਉਹ ਬਿਲਕੁਲ ਆਪਣੇ ਉਧਰਲੇ ਪਾਸੇ ਹਰਿਆਣੇ ਵਾਲੇ ਪਾਸੇ ਲੈ ਗਈ। ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਛੱਡਿਆ, ਜਿਹੜੇ ਉਹਨੂੰ 2 ਨੂੰ ਫੜਿਆ ਸੀ ਉਹਦੇ ਵੀ ਗੰਭੀਰ ਸੱਟਾਂ ਗਈਆਂ, ਉਹ ਵੀ ਦੱਸਿਆ ਜਾ ਰਿਹਾ ਨੌਜਵਾਨ ਸੀਰੀਅਸ ਆ, ਕਿਉਂਕਿ ਐਂਬੂਲੈਂਸਾਂ ਬਹੁਤ ਜ਼ਿਆਦਾ ਭੀੜ ਆ, ਉਹ ਪਤਾ ਨਹੀਂ ਲੱਗ ਸਕਿਆ ਵੀ ਉਹਨੂੰ ਕਿਹੜੀ ਐਂਬੂਲੈਂਸ ਲੈ ਗਈ, ਪਰ ਉਹਨੂੰ ਵੀ ਐਂਬੂਲੈਂਸ ਲੈ ਗਈ। ਉਹਦੀਆਂ ਲੱਤਾਂ ਦੇ ਉੱਤੇ ਕਾਫੀ ਸੱਟਾਂ ਸੀਗੀਆਂ ਡਾਂਗਾਂ ਦੇ ਨਾਲ, ਉਸ ਨੌਜਵਾਨ ਨੂੰ ਜਿਹੜਾ ਹੈਗਾ ਕੁੱਟਿਆ ਗਿਆ ਹੈਗਾ। ਹੁਣ ਇਧਰਲੇ ਪਾਸਿਓਂ ਜਿਹੜੀਆਂ ਤਸਵੀਰਾਂ ਆ ਰਹੀਆਂ ਹੈਗੀਆਂ, ਸੱਜੇ ਪਾਸੇ ਇੱਕ ਪਰਾਲੀ ਵਾਲੀ ਫੈਕਟਰੀ ਆ, ਲੋਕ ਉੱਥੋਂ ਪਰਾਲੀ ਚੱਕ ਚੱਕ ਕੇ ਬਾਰਡਰ ਦੇ ਨੇੜੇ ਲਿਆ ਕੇ ਕਣਕ ਦੇ ਵਿੱਚ ਧੂੰਆਂ ਕਰ ਰਹੇ ਨੇ। ਇਹ ਹੁਣ ਦੀ ਤਸਵੀਰ ਆ ਜਦੋਂ ਮੈਂ ਤੁਹਾਨੂੰ ਇਹ ਜਿਹੜੀ ਖਬਰ ਦੇ ਰਿਹਾ ਹੈਗਾ 3 ਵਜੇ ਦੀ ਇਹ ਤਸਵੀਰ ਆ, ਲੋਕ ਪਰਾਲੀ ਲਿਆ ਰਹੇ ਆ। ਪਰ ਮੰਦਭਾਗੀ ਖਬਰ ਇਹ ਆ ਵੀ ਜਿਹੜਾ ਨੌਜਵਾਨ ਆ 20 ਤੋਂ 25 ਸਾਲ ਦਾ ਬਹੁਤ ਛੋਟੀ ਉਮਰ ਦਾ ਨੌਜਵਾਨ, ਉਹਦੇ ਪਿਛਲੇ ਪਾਸੇ ਗੋਲੀ ਲੱਗਦੀ ਆ। ਬਹੁਤ ਸਾਰੇ ਜਿਹੜੇ ਹਵਾਈ ਫਾਇਰ ਜਿਹੜੇ ਕੀਤੇ ਜਾਂਦੇ ਆ, ਲਗਾਤਾਰ ਜਿਹੜੇ ਹਵਾਈ ਫਾਇਰ ਹੁੰਦੇ ਆ, ਲਗਾਤਾਰ ਜਿਹੜੇ ਅਥਰੂ ਗੈਸ ਉਹ ਸਿੱਟੇ ਜਾਂਦੇ ਆ। ਸੋ ਇਸ ਵਕਤ ਦੀ ਬੜੀ ਮੰਦਭਾਗੀ ਖਬਰ ਆ ਸਾਰੇ ਪੰਜਾਬ ਦੇ ਲਈ, ਸਾਰੇ ਕਿਸਾਨ ਭਰਾਵਾਂ ਦੇ ਲਈ ਵੀ ਇੱਕ ਨੌਜਵਾਨ ਦੇ ਜੋ ਇੱਥੇ ਸੰਘਰਸ਼ ਦੇ ਵਿੱਚ ਅੰਦੋਲਨ ਦੇ ਵਿੱਚ ਆਇਆ ਸੀ ਉਹਦੇ ਗੋਲੀ ਲੱਗ ਚੁੱਕੀ ਆ। ਜਿਹੜੇ ਚਸ਼ਮਦੀਦ ਆ ਉਹ ਕਹਿ ਰਹੇ ਆ ਵੀ ਉਸ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਸੀ, ਪਰ ਅਸੀਂ ਜਦੋਂ ਉਰਲੇ ਪਾਸੇ ਆ ਕੇ ਖਾਲਸਾ ਏਡ ਵਾਲਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਉਹਦੇ ਜਿਹੜੇ ਸਾਹ ਥੋੜੇ ਥੋੜੇ ਚੱਲ ਰਹੇ ਸੀ ਤੇ ਉਹਨੂੰ ਜਲਦੀ ਦੇ ਵਿੱਚ ਜਿਹੜਾ ਐਂਬੂਲੈਂਸ ਦੇ ਵਿੱਚ ਪਾਇਆ ਗਿਆ ਤੇ ਐਂਬੂਲੈਂਸ ਪਾਤਣਾ ਲੈ ਕੇ ਗਈ ਆ। ਪਰ ਪਾਤਣਾ ਤੋਂ ਹੁਣ ਇਹ ਖਬਰ ਆ ਰਹੀ ਆ, ਅਸੀਂ ਪਾਤਣਾ ਹਸਪਤਾਲ ਹੀ ਜਾ ਰਹੇ ਹਾਂ, ਪਾਤਣਾ ਤੋਂ ਇਹ ਖਬਰ ਆ ਰਹੀ ਆ ਵੀ ਉਹਨੂੰ ਸ਼ਾਇਦ ਰਜਿੰਦਰਾ ਪਟਿਆਲੇ ਲੈ ਕੇ ਜਾਇਆ ਜਾ ਰਿਹਾ ਹੈਗਾ। ਰਜਿੰਦਰਾ ਉੱਥੇ ਵੀ ਅਸੀਂ 2-3 ਲੋਕਾਂ ਨੂੰ ਫੋਨ ਕੀਤਾ ਹੈਗਾ ਜਿਹੜੇ ਸਾਡੇ ਸੰਪਰਕ ਦੇ ਵਿੱਚ ਆਏ ਨੇ, ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਹਜੇ ਅਜਿਹਾ ਕੋਈ ਜਾਣਕਾਰੀ ਨਹੀਂ, ਨਾ ਕੋਈ ਅਜਿਹੀ ਐਂਬੂਲੈਂਸ ਆਈ ਆ, ਪਰ ਜਿਹੜੀ ਗੋਲੀ ਲੱਗਣ ਵਾਲੀ ਆ ਉਹ ਕਨਫਰਮੇਸ਼ਨ ਮਿਲ ਚੁੱਕੀ ਆ। ਲੋਕ ਚਸ਼ਮਦੀਦ ਦੱਸ ਰਹੇ ਆ, ਜਿਹੜੇ ਨੌਜਵਾਨ ਕੋਲੇ ਸੀਗੇ ਸਾਡੇ ਕੋਲੇ ਉਹਨਾਂ ਦਾ ਵੀਡੀਓ ਵੀ, ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਅਸੀਂ ਕਰ ਦਾਂਗੇ ਜਦੋਂ ਨੈੱਟ ਆ ਗਿਆ ਉਹ ਦਿਖਾ ਦਾਂਗੇ, ਪਰ ਉਹਨਾਂ ਨੇ ਸਾਨੂੰ ਆਪਦੀ ਜਵਾਨੀ ਇਹੀ ਦੱਸਿਆ ਹੈਗਾ ਵੀ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਆ, ਕਿਉਂਕਿ ਉਰੇ ਜਦੋਂ ਅਸੀਂ ਆਉਣੇ ਆ ਉਰਲੇ ਪਾਸੇ ਅਜਿਹੀਆਂ ਖਬਰਾਂ ਵੀ ਸੀ ਵੀ ਇੱਕ ਨੌਜਵਾਨ ਦੇ ਪੱਟ ਚ ਗੋਲੀ ਲੱਗੀ ਆ, ਪਰ ਇਹਦੀ ਹਜੇ ਕਿਸੇ ਵੀ ਉੱਥੇ ਜਿੰਨੇ ਮੈਡੀਕਲ ਵਾਲੇ ਸੀ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ। ਪਰ ਇੱਕ ਨੌਜਵਾਨ ਦੀ ਮੈਡੀਕਲ ਵਾਲੇ ਜਾਂ ਕਈ ਐਂਬੂਲੈਂਸਾਂ ਵਾਲੇ ਪੁਸ਼ਟੀ ਕਰ ਰਹੇ ਆ ਵੀ ਉਹਦੇ ਪਿਛਲੇ ਪਾਸੇ ਜਿਹੜੀ ਗੋਲੀ ਲੱਗੀ ਆ। ਬਹੁਤ ਆਮ ਲੋਕ ਵੀ ਜਿਹੜੇ ਅੰਦੋਲਨ ਦੇ ਵਿੱਚ ਆਏ ਹੋਏ ਨੇ, ਕਿਸਾਨ ਨੌਜਵਾਨ, ਉਹ ਵੀ ਕਨਫਰਮੇਸ਼ਨ ਦੇ ਰਹੇ ਨੇ ਵੀ ਗੋਲੀ ਪੱਕਾ ਹੀ ਲੱਗੀ ਆ। ਪਰ ਜਿਹੜੇ ਨੌਜਵਾਨ ਜਿਹੜੇ ਉੱਥੇ ਕਣਕ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਕਹਿਣਾ ਹੈਗਾ ਵੀ ਉਹਦੀ ਮੌਤ ਹੋ ਗਈ ਆ, ਪਰ ਉਰੇ ਖਾਲਸਾ ਏਡ ਦੇ ਟੈਂਟ ਦੇ ਵਿੱਚ ਜਿਹੜਾ ਮੈਡੀਕਲ ਉਹਨਾਂ ਦਾ ਰਾਹਤ ਕੈਂਪ ਇੱਕ ਬਣਾਇਆ ਹੋਇਆ ਉੱਥੇ ਉਹਨਾਂ ਨੇ ਦੱਸਿਆ ਸਾਨੂੰ ਮੈਡੀਕਲ ਟੀਮ ਨੇ ਖਾਲਸਾ ਏਡ ਦੀ ਨੇ ਵੀ ਉਹਦੇ ਥੋੜੇ ਥੋੜੇ ਜਿਹੜੇ ਸਾਹ ਗਏ ਉਹ ਚੱਲ ਰਹੇ ਸੀ। ਜੇ ਸਾਨੂੰ ਕਨਫਰਮ ਹੁੰਦਾ ਜਦੋਂ ਹੀ ਵੀ ਨੌਜਵਾਨ ਠੀਕ ਠਾਕ ਆ, ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਨੌਜਵਾਨ ਠੀਕ ਠਾਕ ਹੋਵੇ, ਉਹ ਵੀ ਤੁਹਾਨੂੰ ਦੱਸਾਂਗੇ ਜੋ ਵੀ ਸਾਨੂੰ ਇਸ ਖਬਰ ਦੇ ਨਾਲ ਗੱਲ ਦੇ ਨਾਲ ਜੁੜੀ ਵੀ ਗੱਲਬਾਤ ਪਤਾ ਲੱਗੂ ਤੁਹਾਨੂੰ ਖਬਰ ਦਵਾਂਗੇ। ਪਰ ਇਸ ਵਕਤ ਦੀ ਖਨੌਰੀ ਦੀ ਵੱਡੀ ਖਬਰ, ਬਹੁਤ ਮੰਦਭਾਗੀ ਖਬਰ ਇਹ ਆ ਵੀ ਨੌਜਵਾਨ ਦੇ ਕਦੇ ਗੋਲੀ ਲੱਗੀ ਹੈ ਸਾਡੇ ਕੋਲੇ ਉਹਨਾਂ ਦਾ ਵੀਡੀਓ ਵੀ, ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਅਸੀਂ ਕਰ ਦਾਂਗੇ ਜਦੋਂ ਨੈੱਟ ਆ ਗਿਆ ਉਹ ਦਿਖਾ ਦਾਂਗੇ। ਪਰ ਉਹਨਾਂ ਨੇ ਸਾਨੂੰ ਆਪਦੀ ਜਵਾਨੀ ਇਹੀ ਦੱਸਿਆ ਹੈਗਾ ਵੀ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਆ, ਕਿਉਂਕਿ ਉਰੇ ਜਦੋਂ ਅਸੀਂ ਆਉਣੇ ਆ ਉਰਲੇ ਪਾਸੇ ਅਜਿਹੀਆਂ ਖਬਰਾਂ ਵੀ ਸੀ ਵੀ ਇੱਕ ਨੌਜਵਾਨ ਦੇ ਪੱਟ ਚ ਗੋਲੀ ਲੱਗੀ ਆ, ਪਰ ਇਹਦੀ ਹਜੇ ਕਿਸੇ ਵੀ ਉੱਥੇ ਜਿੰਨੇ ਮੈਡੀਕਲ ਵਾਲੇ ਸੀ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ। ਪਰ ਇੱਕ ਨੌਜਵਾਨ ਦੀ ਮੈਡੀਕਲ ਵਾਲੇ ਜਾਂ ਕਈ ਐਂਬੂਲੈਂਸਾਂ ਵਾਲੇ ਪੁਸ਼ਟੀ ਕਰ ਰਹੇ ਆ ਵੀ ਉਹਦੇ ਪਿਛਲੇ ਪਾਸੇ ਜਿਹੜੀ ਗੋਲੀ ਲੱਗੀ ਆ। ਬਹੁਤ ਆਮ ਲੋਕ ਵੀ ਜਿਹੜੇ ਅੰਦੋਲਨ ਦੇ ਵਿੱਚ ਆਏ ਹੋਏ ਨੇ, ਕਿਸਾਨ ਨੌਜਵਾਨ, ਉਹ ਵੀ ਕਨਫਰਮੇਸ਼ਨ ਦੇ ਰਹੇ ਨੇ ਵੀ ਗੋਲੀ ਪੱਕਾ ਹੀ ਲੱਗੀ ਆ। ਪਰ ਜਿਹੜੇ ਨੌਜਵਾਨ ਜਿਹੜੇ ਉੱਥੇ ਕਣਕ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਕਹਿਣਾ ਹੈਗਾ ਵੀ ਉਹਦੀ ਮੌਤ ਹੋ ਗਈ ਆ, ਪਰ ਉਰੇ ਖਾਲਸਾ ਏਡ ਦੇ ਟੈਂਟ ਦੇ ਵਿੱਚ ਜਿਹੜਾ ਮੈਡੀਕਲ ਉਹਨਾਂ ਦਾ ਰਾਹਤ ਕੈਂਪ ਇੱਕ ਬਣਾਇਆ ਹੋਇਆ ਉੱਥੇ ਉਹਨਾਂ ਨੇ ਦੱਸਿਆ ਸਾਨੂੰ ਮੈਡੀਕਲ ਟੀਮ ਨੇ ਖਾਲਸਾ ਏਡ ਦੀ ਨੇ ਵੀ ਉਹਦੇ ਥੋੜੇ ਥੋੜੇ ਜਿਹੜੇ ਸਾਹ ਗਏ ਉਹ ਚੱਲ ਰਹੇ ਸੀ। ਜੇ ਸਾਨੂੰ ਕਨਫਰਮ ਹੁੰਦਾ ਜਦੋਂ ਹੀ ਵੀ ਨੌਜਵਾਨ ਠੀਕ ਠਾਕ ਆ, ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਨੌਜਵਾਨ ਠੀਕ ਠਾਕ ਹੋਵੇ, ਉਹ ਵੀ ਤੁਹਾਨੂੰ ਦੱਸਾਂਗੇ
जो भी सानू इस खबर दे नाल गल दे नाल जुड़ी भी गलबात पता लगू तुहानू खबर दवांगे। पर इस वक्त दी खनौरी दी वड्डी खबर बहुत मंदभागी खबर यह आ भी नौजवान दे कदे गोली लगी है।